ਸ਼ਿਵ ਵੈਲਫੇਅਰ ਸੁਸਾਇਟੀ ਅਤੇ ਇਨਸਾਨੀਅਤ ਇੱਕ ਧਰਮ ਸੰਸਥਾ ਵੱਲੋਂ ਮਹਾਸ਼ਿਵਰਾਤਰੀ ਦੇ ਸੰਬੰਧ ਵਿੱਚ 13ਵਾਂ ਵਿਸ਼ਾਲ ਭੰਡਾਰਾ ਅਤੇ ਸ਼ਿਵ ਸੰਧਿਆ ਦਾ ਆਯੋਜਨ ਕੀਤਾ ਗਿਆ। ਸ਼੍ਰੀ ਦੁਰਗਾ ਮਾਤਾ ਮੰਦਿਰ ਜਗਰਾਉਂਪੁਰ ਵਿਖੇ ਹੋਏ ਭੰਡਾਰੇ ਅਤੇ ਸ਼ਿਵ ਸੰਧਿਆ ਮੌਕੇ ਸ਼ਿਵ ਭਗਤਾਂ ਨੇ ਨਮਸਤਕ ਹੋ ਕੇ ਡਮਰੂ ਵਾਲੇ ਬਾਬੇ ਦੇ ਗੁਣਗਾਨ ਲਈ ਪੁੱਜੀਆਂ ਭਜਨ ਮੰਡਲੀਆਂ ਦੇ ਨਾਲ ਮਿਲ ਕੇ ਭੋਲੇ ਨਾਥ ਦਾ ਗੁਣਗਾਨ ਕੀਤਾ। ਸੰਸਥਾ ਦੇ ਪ੍ਰਧਾਨ ਬਿੱਟੂ ਗੁੰਬਰ ਨੇ ਦੱਸਿਆ ਕਿ ਇਸ ਮੌਕੇ ਭੋਲੇ ਭੰਡਾਰੀ ਦੇ 56 ਭੋਗ ਲਾਏ ਗਏ ਨੇ ਅਤੇ ਭੰਡਾਰਾ ਵਿਤਰਿਤ ਕੀਤਾ ਗਿਆ। ਨਾਮਵਰਕ ਭਜਨ ਮੰਡਲੀਆਂ ਨੇ ਸ਼ਿਵ ਭੋਲੇ ਦਾ ਗੁਣਗਾਨ ਵੀ ਕੀਤਾ। ਸੰਸਥਾ ਦੇ ਅਹੁਦੇਦਾਰ ਨੇ ਦੱਸਿਆ ਕਿ ਪਹਿਲਾਂ ਇਹ ਭੰਡਾਰਾ ਰੇਲਵੇ ਸਟੇਸ਼ਨ ਦੇ ਬਾਹਰ ਲਾਇਆ ਜਾਂਦਾ ਸੀ ਅਤੇ ਇਸ ਵਾਰ ਸ਼੍ਰੀ ਦੁਰਗਾ ਮਾਤਾ ਮੰਦਿਰ ਦੇ ਪ੍ਰਾਂਗਣ ਵਿੱਚ ਲਗਾਇਆ ਗਿਆ ਹੈ। ਮਹਾਂਸ਼ਿਵਰਾਤਰੀ ਦੇ ਸ਼ੁਭ ਅਵਸਰ 'ਤੇ ਸ਼ਿਵ ਵੈਲਫੇਅਰ ਸੁਸਾਇਟੀ ਸਾਹਮਣੇ ਰੇਲਵੇ ਸਟੇਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ 13ਵਾਂ ਵਿਸ਼ਾਲ ਭੰਡਾਰਾ ਏਵਮ ਸ਼ਿਵ ਸੰਧਿਆ ਜੋ ਕਿ ਪਹਿਲਾਂ ਰੇਲਵੇ ਸਟੇਸ਼ਨ ਦੇ ਵਿੱਚ ਦਿਨ ਵਿੱਚ ਕਰਵਾਈ ਜਾਂਦੀ ਸੀ, ਇਸ ਸਾਲ ਅਸੀਂ ਸ਼ਿਵ ਸੰਧਿਆ ਦੇ ਰੂਪ 'ਚ ਮਾਂ ਦੁਰਗਾ ਮਾਤਾ ਮੰਦਿਰ ਜਿਹੜਾ ਕਿ ਜਗਰਾਉਂ ਪੁਲ ਦੇ ਨੇੜੇ ਹੈ ਅਸੀਂ ਉੱਥੇ ਕਰਵਾਉਣ ਜਾ ਰਹੇ ਹਾਂ। ਅੱਜ ਬੜੀ ਸ਼ਰਧਾਪੂਰਵਕ 13ਵਾਂ ਵਿਸ਼ਾਲ ਭੰਡਾਰਾ ਏਵਮ ਸ਼ਿਵ ਸੰਧਿਆ ਜੋ ਕਿ ਬੜੇ ਹਰਸ਼ੋਲਾਸ ਨਾਲ ਕਰਵਾਈ ਜਾ ਰਹੀ ਹੈ, ਜਿਸ ਦੇ ਵਿੱਚ ਪੰਜਾਬ ਦੇ ਨਹੀਂ ਵਰਲਡ ਦੇ ਫੇਮਸ ਸਿੰਗਰ ਗਾਇਕ ਖਾਨ ਸਾਹਿਬ ਭਗਵਾਨ ਭੋਲੇਨਾਥ ਜੀ ਦਾ ਗੁਣਗਾਨ ਕਰਨਗੇ। ਉਹਨਾਂ ਦੇ ਨਾਲ ਕੁਮਾਰ ਸੰਜੀਵ ਐਂਡ ਪਾਲਟੀ ਜੋ ਕਿ ਟੀ ਸੀਰੀਜ਼ ਕਲਾਕਾਰ ਅਤੇ ਰਾਜੂ ਮਾਨ ਐਂਡ ਪਾਲਟੀ ਅਤੇ ਹਜ਼ਾਰਾਂ ਤਰ੍ਹਾਂ ਦੇ ਪਕਵਾਨ ਬਣਾ ਕੇ ਆਈ ਸੰਗਤ ਦੇ ਵਿੱਚ ਵਿਤਰਨ ਕੀਤੇ ਜਾ ਰਹੇ ਔਰ ਭਗਵਾਨ ਭੋਲੇਨਾਥ ਨੂੰ 56 ਭੋਗ ਵੀ ਲਗਾਏ ਗਏ ਨੇ। ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ, ਲੁਧਿਆਣਾ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ ਮਹਾਂਸ਼ਿਵਰਾਤਰੀ ਦੇ ਸ਼ੁਭ ਅਵਸਰ 'ਤੇ ਬਹੁਤ ਬਹੁਤ ਵਧਾਈ ਦਿੰਦਾ ਵਾਂ। ਆਜ ਪ੍ਰਾਚੀਨ ਮੰਦਿਰ ਦੁਰਗਾ ਮਾਤਾ ਮੰਦਿਰ ਕੇ ਪ੍ਰਾਂਗਣ ਮੇ ਸ਼ਿਵ ਵੈਲਫੇਅਰ ਸੁਸਾਇਟੀ ਦੁਆਰਾ 13ਵਾਂ ਵਿਸ਼ਾਲ ਭੰਡਾਰੇ ਕਾ ਆਯੋਜਨ ਕੀਆ ਜਾ ਰਿਹਾ ਹੈ। ਉਸੀ ਉਪਲਕਸ਼ ਮੇ ਯਹਾਂ ਪਰ ਸਭੀ ਪ੍ਰੋਗਰਾਮ ਚੱਲ ਰਹੇ ਹੈ ਔਰ ਸ਼ਿਵ ਵੈਲਫੇਅਰ ਸੁਸਾਇਟੀ ਕੇ ਪਦਾਧਿਕਾਰੀ ਸਦੱਸਿਯ ਖਾਸ ਕਰ ਬਿੱਟੂ ਕੁੰਬਰ ਜੀ ਉਨਕੇ ਸਭੀ ਸਾਥੀ ਉਨਕੋ ਮੈਂ ਬਹੁਤ ਬਹੁਤ ਖਾਸ ਕੇ ਆਯੋਜਨ ਪਰ ਵਧਾਈ ਦਿੱਤਾ। ਅੱਜ ਸ਼ਿਵ ਵੈਲਫੇਅਰ ਸੁਸਾਇਟੀ ਔਰ ਇਨਸਾਨੀਅਤ ਇੱਕ ਧਰਮ ਵੱਲੋਂ ਸਾਂਝੇ ਤੌਰ ਦੇ ਉੱਤੇ 13ਵਾਂ ਵਾਰਸ਼ਿਕ ਭੰਡਾਰਾ ਔਰ ਸ਼ਿਵ ਸੰਧਿਆ ਕਰਵਾਈ ਜਾ ਰਹੀ ਹੈ। ਜਿਹੜਾ ਇਸ ਹਰ ਸਾਲ ਜਿਹੜਾ ਇਹ ਭੰਡਾਰਾ ਸਟੇਸ਼ਨ ਰੇਲਵੇ ਸਟੇਸ਼ਨ ਦੇ ਸਾਹਮਣੇ ਕਰਵਾਇਆ ਜਾਂਦਾ ਸੀ, ਇਸ ਵਾਰ ਕਰੋਨਾ ਕਰਕੇ ਜਿਹੜਾ ਇਨਡੋਰ ਇਹ ਭੰਡਾਰਾ ਕਰਵਾਇਆ ਜਾ ਰਿਹਾ ਦੁਰਗਾ ਮਾਤਾ ਮੰਦਿਰ ਦੇ ਪ੍ਰਾਂਗਣ ਦੇ ਵਿੱਚ, ਜਿਹਦੇ ਵਿੱਚ ਕੁਮਾਰ ਸੰਜੀਵ ਐਂਡ ਪਾਰਟੀ, ਰਾਜੂ ਮਾਨ ਐਂਡ ਪਾਰਟੀ ਔਰ ਵਿਸ਼ਵ ਵਿਖਿਆਤ ਸਿੰਗਰ ਖਾਨ ਸਾਹਿਬ ਜਿਹੜਾ ਭੋਲੇਨਾਥ ਜੀ ਦਾ ਗੁਣਗਾਨ ਕਰਨਗੇ ਔਰ ਸਾਰੇ ਹੀ ਮਤਲਬ ਲੁਧਿਆਣਾ ਵਾਸੀਆਂ ਲਈ ਭੰਡਾਰੇ ਦੀ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ ਔਰ ਪ੍ਰਸ਼ਾਸਨ ਦੇ ਗਾਈਡਲਾਈਨਸ ਦੇ ਹਿਸਾਬ ਨਾਲ ਕਰੋਨਾ ਨੂੰ ਦੇਖਦੇ ਹੋਏ ਮਾਸਕ ਔਰ ਸੈਨੇਟਾਈਜ਼ਰ ਦਾ ਜਿਹੜਾ ਪ੍ਰਯੋਗ ਹੈ ਉਹ ਵੀ ਸਾਡੀ ਸੰਸਥਾ ਵੱਲੋਂ ਕੀਤਾ ਜਾ ਰਿਹਾ ਔਰ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਜਿਹੜੀ ਕਰੋਨਾ ਨਾਮਕ ਇਹ ਮਹਾਂਮਾਰੀ ਹੈ ਇਹ ਜਲਦ ਤੋਂ ਜਲਦ ਇਹਦੇ ਤੋਂ ਨਿਜਾਤ ਮਿਲੇ। ਲੁਧਿਆਣਾ ਤੋਂ ਬਲਵਿੰਦਰ ਗੋਲਡੀ ਅਤੇ ਮਨਿੰਦਰ ਦੀ ਰਿਪੋਰਟ, ਦਾ ਸਮਰ ਨਿਊਜ਼।